446000 ਯੂਐਸ ਦਾ ਸਟੂਡੈਂਟ ਵੀਜ਼ਾ ਜਾਰੀ ਕੀਤਾ ਗਿਆ ਜਿਹਦੇ ਵਿੱਚੋਂ 130839 ਸਿਰਫ ਇੰਡੀਆ ਵਾਲੇ ਸਟੂਡੈਂਟਸ ਨੂੰ ਵੀਜ਼ੇ ਜਾਰੀ ਕੀਤੇ ਗਏ ਕਈ ਯੂਨੀਵਰਸਿਟੀ ਵਿੱਚ ਆਇਲਸ 6 ਬੈਂਡ ਸਾਢੇ 6 ਬੈਂਡ ਚਾਹੀਦੇ ਨੇ ਕਈ ਯੂਨੀਵਰਸਿਟੀਆਂ ਤੁਹਾਡੇ ਅੰਗਰੇਜ਼ੀ ਦੇ ਨੰਬਰਾਂ ਦੇ ਬੇਸ ਤੇ ਤੁਹਾਨੂੰ ਆਇਲਸ ਵੇਵ ਆਫ ਕਰਦੀਆਂ ਨੇ ਵੀਜ਼ਾ ਸਕਸੈਸ ਰੇਟ ਕਿੰਨਾ ਤਾਂ ਜ਼ਿਆਦਾ ਹੈ ਸਟੂਡੈਂਟ ਜਿਹਨੇ ਮੈਡੀਕਲ ਬੈਕਗ੍ਰਾਉਂਡ ਤੋਂ ਨੇ ਜੀਐਨਐਮ ਕੀਤਾ ਬੀਐਸਸੀ ਨਰਸਿੰਗ ਕੀਤਾ ਜਾਂ ਸਟੂਡੈਂਟ ਜਿਹੜੇ ਸਟੈਪ ਪ੍ਰੋਗਰਾਮਸ ਪੜਨ ਜਾਣਾ ਚਾਹੁੰਦੇ ਨੇ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਨਾਨ ਮੈਡੀਕਲ ਵਾਲੇ ਸਟੂਡੈਂਟਸ ਨੇ ਸਾਇੰਸ ਵਾਲੇ ਸਟੂਡੈਂਟਸ ਨੇ ਮੈਥਸ ਵਾਲੇ ਸਟੂਡੈਂਟਸ ਨੇ ਬੀਟੈਕ ਵਾਲੇ ਸਟੂਡੈਂਟਸ ਨੇ 12ਵੀਂ ਨਾਨ ਮੈਡੀਕਲ ਚ ਕੀਤੀ ਹੈ ਜਾਂ ਮੈਡੀਕਲ ਚ ਕੀਤੀ ਹੈ ਇਤਾਂ ਦੇ ਸਟੂਡੈਂਟਸ ਦਾ ਵੀਜ਼ਾ ਸਕਸੈਸ ਜਿਆਦਾ ਹੈ ਐਸ ਕੰਪੇਅਰ ਟੂ ਆਰਟਸ ਵਾਲੇ ਸਟੂਡੈਂਟਸ ਤੁਸੀਂ ਬਿਨਾਂ 80 10 ਸਾਲ ਦਾ ਗੈਪ ਲਾ ਕੇ ਸਾਡੇ ਕੋਲ ਆ ਜਾਓ ਬਟ ਤੁਹਾਡੀ ਇੰਟੈਂਸ਼ਨ ਪੜ੍ਹਾਈ ਕਰਨਾ ਦਾਵਾ ਕਰਦਾ ਵਾਦਾ ਕਰਦਾ 100% ਵੀਜ਼ਾ ਪਹਿਲੀ ਵਾਰਸ ਲਿਆ ਜਾ ਸਕਦਾ ਸੋ ਦੁਨੀਆ ਦਾ ਸਭ ਤੋਂ ਸੌਖਾ ਵੀਜ਼ਾ ਲੈਣਾ ਯੂਐਸ ਦਾ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖਚੈਨ ਰਾਹੀ ਆਰਐਸ ਗਲੋਬਲ ਇਮੀਗ੍ਰੇਸ਼ਨ ਦੇ ਇਸ YouTube ਚੈਨਲ ਦੇ ਮਾਧਮ ਨਾਲ ਤੁਹਾਡੇ ਨਾਲ ਅਸੀਂ ਗੱਲਾਂ ਕਰਨਾ ਹੁੰਦੇ ਆ ਸਟੂਡੈਂਟ ਵੀਜ਼ਾ ਬਾਰੇ ਵਰਕ ਪਰਮਿਟ ਬਾਰੇ ਜਾਂ ਫਿਰ ਪੀਆਰ ਬਾਰੇ ਵੀਡੀਓਜ਼ ਡੈਡੀਕੇਟਡ ਰਹੀਆਂ ਨੇ ਤੁਹਾਡੇ ਭੇਜੇ ਸੁਨੇਹਾਂ ਕਰਕੇ ਅੱਜ ਦੇ ਜਿਹੜੇ ਸੁਨੇਹੇ ਤੁਹਾਡੇ ਜ਼ਿਆਦਾ ਦੇਖਣ ਨੂੰ ਮਿਲੇ ਉਹ ਸੀਗੇ ਯੂਐਸ ਦੇ ਸਟੱਡੀ ਵੀਜ਼ਾ ਨੂੰ ਲੈ ਕੇ ਐਂਡ ਮੋਰਓਵਰ ਪਿਛਲੇ ਕੁਝ ਦਿਨਾਂ ਚ ਕੁਝ ਰਿਪੋਰਟਸ ਜਿਹੜੀਆਂ ਆਈਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਨੇ ਕਿ ਕਿਉਂ ਯੂਐਸ ਦਾ ਸਟੱਡੀ ਵੀਜ਼ਾ ਉਸ ਸਟੂਡੈਂਟ ਨੂੰ ਅਪਲਾਈ ਕਰਨਾ ਚਾਹੀਦਾ ਜਿਹੜਾ ਵਾਕਈ ਉੱਥੇ ਪੜ੍ਹਨਾ ਚਾਹੁੰਦਾ ਸੋ ਵੀਡੀਓ ਐਂਡ ਤੱਕ ਵੇਖਿਓ ਡਿਟੇਲਸ ਵਿੱਚ ਕਾਫੀ ਨਵੀਆਂ ਅਪਡੇਟਿਓਨ ਤੁਹਾਨੂੰ ਸਾਂਝੀਆਂ ਕਰਾਂਗੇ ਵੀਜ਼ਾ ਕਿਵੇਂ ਲਿਆ ਜਾ ਸਕਦਾ ਇੰਟਰਵਿਊ ਵਿੱਚ ਕਿੰਨਾ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਹੈ ਕਿੰਨਾ ਸਟੂਡੈਂਟਸ ਨੂੰ ਵੀਜ਼ਾ ਅਪਲਾਈ ਨਹੀਂ ਕਰਨਾ ਚਾਹੀਦਾ ਇਹ ਵੀ ਧਿਆਨ ਨਾਲ ਵੀਡੀਓ ਦੇਖ ਲੈਣ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਉਹਨਾਂ ਬੱਚਿਆਂ ਤੱਕ ਜਿਹੜੇ ਅਮਰੀਕਾ ਪੜ੍ਹਨਾ ਚਾਹੁੰਦੇ ਨੇ ਬਿਨਾਂ ਹੰਡਸ ਤੋਂ ਯੂਐਸਏ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਿਹਦਾ ਸਟੂਡੈਂਟ ਵੀਜ਼ਾ 5 ਸਾਲ ਤੱਕ ਦਾ ਲੱਗਦਾ ਐ ਮੈਂ ਰਿਪੋਰਟ ਪੜ ਰਿਹਾ ਸੀ ਐਤਵਾਰ ਵਾਲੇ ਦਿਨ ਬੈਠ ਕੇ ਔਰ ਰਿਪੋਰਟਸ ਵਿੱਚ ਬੜੇ ਹੈਰਾਨੀਜਨਕ ਤੱਥ ਸਾਹਮਣੇ ਆਏ 2023 ਦੇ ਵਿੱਚ ਟੋਟਲ ਜਿਹੜਾ ਵੀਜ਼ਾ ਜਾਰੀ ਕੀਤਾ ਗਿਆ 446000 ਵੀਜ਼ਾ ਜਾਰੀ ਕੀਤਾ ਗਿਆ ਯੂਐਸ ਵੱਲੋਂ ਹਾਲੇ ਕਿ ਸਿਰਫ ਗੱਲ ਕੈਨੇਡਾ ਦੀ ਜਾਂ ਯੂਕੇ ਦੀ ਜਾਂ ਆਸਟ੍ਰੇਲੀਆ ਦੀ ਹੀ ਆਪ ਨੂੰ ਯੂਟਿਊਬਰਸ ਵੱਲੋਂ ਦੇਖਣ ਨੂੰ ਮਿਲਦੀ ਹੈ ਯੂਐਸ ਬਾਰੇ ਬਹੁਤ ਘੱਟ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਹਨ 446000 ਯੂਐਸ ਦਾ ਸਟੂਡੈਂਟ ਵੀਜ਼ਾ ਜਾਰੀ ਕੀਤਾ ਗਿਆ ਜਿਹਦੇ ਵਿੱਚੋਂ 130839 ਸਿਰਫ ਇੰਡੀਆ ਵਾਲੇ ਸਟੂਡੈਂਟਸ ਨੂੰ ਵੀਜ਼ੇ ਜਾਰੀ ਕੀਤੇ ਗਏ ਤਕਰੀਬਨ ਤਕਰੀਬਨ 40% ਸੋ ਪੂਰੀ ਦੁਨੀਆ ਦੇ ਵੀਜ਼ੇ ਚੋਂ 40% ਜਿਹੜਾ ਨੰਬਰ ਹੈ ਉਹ ਕੇਵਲ ਔਰ ਕੇਵਲ ਇੰਡੀਆ ਦੇ ਸਟੂਡੈਂਟਸ ਦਾ ਸੀ 130839 ਵੀਜ਼ੇ ਸਾਲ ਦੇ ਯੂਐਸ ਦੇ ਬੜਾ ਵੱਡਾ ਨੰਬਰ ਹੈ ਹੁਣ ਕਿੰਨਾ ਲੋਕਾਂ ਨੂੰ ਵੀਜ਼ੇ ਮਿਲਦੇ ਆ ਕਿੰਨਾਂ ਨੂੰ ਵੀਜ਼ੇ ਮਿਲੇ ਔਰ ਵੀਜ਼ਾ ਲੈਣ ਲਈ ਕਰਨਾ ਕੀ ਪਏਗਾ ਧਿਆਨ ਨਾਲ ਅਗਰੇ 4-5 ਮਿੰਟ ਸੁਣ ਲੈਣਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਯੂਐਸ ਦਾ ਵੀਜ਼ਾ ਲੈਣ ਲਈ ਤੁਹਾਨੂੰ ਆਇਲਸ ਪੀਟੀ ਦੀ ਲੋੜ ਨਹੀਂ ਹੈ ਇਟ 올 ਡਿਪੈਂਡਪ ਓਨ ਯੂਨੀਵਰਸਿਟੀ ਟੂ ਯੂਨੀਵਰਸਿਟੀ ਹੁਣ ਕਈ ਯੂਨੀਵਰਸਿਟੀ ਵਿੱਚ ਆਇਲਸ 6 ਬੈਂਡ ਸਾਢੇ 6 ਬੈਂਡ ਚਾਹੀਦੇ ਨੇ ਕਈ ਯੂਨੀਵਰਸਿਟੀਆਂ ਤੁਹਾਡੇ ਅੰਗਰੇਜ਼ੀ ਦੇ ਨੰਬਰਾਂ ਦੇ ਬੇਸ ਤੇ ਤੁਹਾਨੂੰ ਆਇਲਸ ਵੇਵ ਆਫ ਕਰਦੀਆਂ ਨੇ ਬਟ ਅਗਰ ਵਿਦਆਊਟ ਆਇਲਸ ਜੇ ਮੈਂ ਪ੍ਰਮੋਟ ਕਰ ਰਿਹਾ ਜਾਂ ਕੋਈ ਕੰਸਲਟੈਂਟ ਵਿਦਆਊਟ ਆਇਲਸ ਯੂਐਸ ਦਾ ਵੀਜ਼ਾ ਕਹਿ ਰਿਹਾ ਇਟ ਡਸਨਟ ਮੀਨ ਕਿ ਬਿਨਾ ਇੰਗਲ आईएएस दी माफ़ी मिल सकती है आईएएस द वेव ऑफ मिल सकता है बट इंग्लिश दी वेव ऑफ नहीं मिलनी ਤੁਸੀਂ 12ਵੀਂ ਜਾਂ ਗ੍ਰੈਜੂਏਸ਼ਨ ਕੀਤੀ ਹੈ ਇੰਗਲਿਸ਼ ਮੀਡੀਅਮ ਚ ਪੜ੍ਹੇ ਹੋ ਐਮਓਈ ਲੈਟਰ ਨਾ ਲਗਾ ਕੇ ਆਪਦੀ ਐਪਲੀਕੇਸ਼ਨ ਯੂਨੀਵਰਸਿਟੀ ਚ ਪਾਉਂਦੇ ਹੋ ਯੂਨੀਵਰਸਿਟੀ ਤੁਹਾਨੂੰ ਐਡਮਿਸ਼ਨ ਦਿੰਦੀ ਹੈ ਉਹਨੂੰ ਬੋਲਿਆ ਜਾਂਦਾ I20 ਤੁਸੀਂ 2-3-4 ਯੂਨੀਵਰਸਿਟੀ ਚ ਅਪਲਾਈ ਕਰਦੇ ਹੋ ਤੁਹਾਨੂੰ W20 ਮਿਲਦੀ ਹੈ ਉਸ ਤੋਂ ਬਾਅਦ ਤੁਸੀਂ ਅਪਾਇੰਟਮੈਂਟ ਲੈ ਕੇ ਕੌਂਸਲੇਟ ਵਿੱਚ ਜਾਂਦੇ ਹੋ ਇੱਕ ਦਿਨ ਤੁਹਾਡੇ ਬਾਇਓਮੈਟ੍ਰਿਕ ਹੁੰਦੇ ਨੇ ਦੂਜੇ ਦਿਨ ਤੁਸੀਂ ਫੇਸ ਟੂ ਫੇਸ ਵੀਜ਼ਾ ਆਫੀਸਰ ਨੂੰ ਉਹਦੇ ਕੁਝ ਸਵਾਲਾਂ ਦੇ ਜਵਾਬ ਦਿੰਦੇ ਹੋ ਦੋ ਤੋਂ ਤਿੰਨ ਜਾਂ ਚਾਰ ਸਵਾਲਾਂ ਦੇ ਔਨ ਦਾ ਸਪੋਰਟ ਤੁਹਾਡੀ ਕਿਸਮਤ ਦਾ ਫੈਸਲਾ ਵੀਜ਼ਾ ਆਫੀਸਰ ਜਾਂ ਤਾਂ ਵੀਜ਼ਾ ਦੇ ਕੇ ਕਰਦਾ ਹੈ ਜਾਂ ਰਿਫਿਊਜ਼ਲ ਦੇ ਕੇ ਕਰਦਾ ਹੁਣ ਵੀਜ਼ਾ ਲੈ ਲਈ ਇੰਟਰਵਿਊ ਨੂੰ ਕਲੀਅਰ ਕਿਵੇਂ ਕਰਨਾ ਸਾਰਾ ਦਰਅਵਾਜ਼ ਰਿੱਤੇ ਅੜਿਆ ਤੁਹਾਡੀ ਪੜਾਈ 'ਚ 2-4-5 ਸਾਲ ਦਾ ਗੈਪ ਹੈ ਤਾਂ ਵੀ ਪੜਨ ਜਾ ਸਕਦੇ ਹੋ ਗ੍ਰੈਜੂਏਸ਼ਨ ਕੀਤੀ ਹੈ 10 ਸਾਲ ਦਾ ਗੈਪ ਤਾਂ ਵੀ ਪੜਨ ਜਾ ਸਕਦੇ ਹੋ ਹੁਣ ਵੀਜ਼ਾ ਸਕਸੈਸ ਰੇਟ ਕਿੰਨਾ ਤਾਂ ਜ਼ਿਆਦਾ ਹੈ ਸਟੂਡੈਂਟ ਜਿਹੜੇ ਮੈਡੀਕਲ ব্যাকਗ੍ਰਾਉਂਡ ਤੋਂ ਨੇ ਜੀਐਨਐਮ ਕੀਤਾ ਬੀਐਸਸੀ ਨਰਸਿੰਗ ਕੀਤਾ ਜਾਂ ਸਟੂਡੈਂਟ ਜਿਹੜੇ ਸਟੈਪ ਪ੍ਰੋਗਰਾਮ ਚ ਪੜਨ ਜਾਣਾ ਚਾਹੁੰਦੇ ਨੇ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਨਾਨ ਮੈਡੀਕਲ ਵਾਲੇ ਸਟੂਡੈਂਟਸ ਨੇ ਸਾਇੰਸ ਵਾਲੇ ਸਟੂਡੈਂਟਸ ਨੇ ਮੈਥਸ ਵਾਲੇ ਸਟੂਡੈਂਟਸ ਨੇ ਬੀਟੈਕ ਵਾਲੇ ਸਟੂਡੈਂਟਸ ਨੇ 12ਵੀਂ ਨਾਨ ਮੈਡੀਕਲ ਚ ਕੀਤੀ ਹੈ ਜਾਂ ਮੈਡੀਕਲ ਚ ਕੀਤੀ ਹੈ ਇਦਾਂ ਦੇ ਸਟੂਡੈਂਟਸ ਦਾ ਵੀਜ਼ਾ ਸਕਸੈਸ ਜਿਆਦਾ ਹੈ ਐਸ ਕੰਪੇਅਰ ਟੂ ਆਰਟਸ ਵਾਲੇ ਸਟੂਡੈਂਟਸ ਬਟ ਵੀਜ਼ਾ ਲੈਣ ਲਈ ਐਡਮਿਸ਼ਨ ਤਾਂ ਤੁਹਾਨੂੰ ਯੂਨੀਵਰਸਿਟੀ ਦੇ ਦੇਗੀ ਵਿਦਾਊਟ ਆਲਸ ਵੀਜ਼ਾ ਆਫਸਰ ਮੋਰੇ ਕੀ ਸਾਬਤ ਕਰਨਾ ਹੈ ਸਾਬਤੇ ਕਰਨਾ ਹੈ ਥੈਟ ਆਈ ਐਮ ਅ ਜੈਨੂਇਨ ਸਟੂਡੈਂਟ ਮੇਰੀ ਇੰਟੈਂਸ਼ਨ ਉੱਥੇ ਆ ਫਰਦਰ ਪੜ੍ਹਾਈ ਕਰਨਾ ਹੈ ਜਿਹਦੇ ਚ ਮੈਂ ਐਡਮਿਸ਼ਨ ਲਈ ਹੈ ਇਦਰ ਬੈਚਲਰ ਡਿਗਰੀ ਹੋ ਸਕਦੀ ਹੈ ਔਰ ਮਾਸਟਰ ਡਿਗਰੀ ਹੋ ਸਕਦੀ ਹੈ ਐਂਡ ਮੇਰੀ ਫੈਮਿਲੀ ਕੋਲ ਮੇਰੇ ਪਰਿਵਾਰ ਕੋਲ ਮੈਨੂੰ ਫੀਸਾਂ ਦੇ ਪੈਸੇ ਭਰਨ ਯੋਗੇ ਉਹਨਾਂ ਕੋਲ ਪੈਸਾ ਫੰਡ ਅਵੇਲੇਬਲ ਹੈ ਥੈਟਸ ਇਟ ਆ ਦੋ ਚੀਜ਼ਾਂ ਅਗਰ ਆ ਦੋ ਚੀਜ਼ਾਂ ਤੁਸੀਂ ਸਾਬਤ ਕਰ ਦਿੰਦੇ ਹੋ ਵੀਜ਼ਾ ਆਫੀਸਰ ਕਿਸੇ ਵੀ ਕੀਮਤ ਤੇ ਤੁਹਾਡੀ ਫਾਈਲ ਨੂੰ ਰਿਜੈਕਟ ਨਹੀਂ ਕਰ ਸਕਦਾ ਦੀ ਦੁਨੀਆ ਦੀ ਕੋਈ ਤਾਕਤ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਕਰ ਸਕਦੀ ਅਗਰ ਆ ਦੋ ਚੀਜ਼ਾਂ ਸਾਬਤ ਕਰ ਦਿਓ ਫਿਰ ਦੁਬਾਰਾ ਰਿਪੀਟ ਕਰਦਾ ਧਿਆਨ ਨਾਲ ਸੁਣ ਲਿਓ ਪਹਿਲੀ ਚੀਜ਼ ਥੈਟ ਯੂ ਆ ਰ ਜੈਨੂਨ ਸਟੂਡੈਂਟ ਤੁਹਾਡੀ ਇੰਟੈਂਸ਼ਨ ਤੁਹਾਡੀ ਨੀਅਤ ਤੁਸੀਂ ਪੜਨਾ ਚਾਹੁੰਦੇ ਹੋ ਉਹ ਯੂਨੀਵਰਸਿਟੀ ਚ ਉਹ ਵਾਲੇ ਕੋਰਸ ਚ ਜਿੱਥੇ ਤੁਹਾਨੂੰ ਦਾਖਲਾ ਮਿਲਿਆ ਤੁਹਾਡੀ ਇੰਟੈਂਸ਼ਨ ਸਿਰਫ ਪੜਾਈ ਕਰਨਾ ਹੈ ਹੋਰ ਤੁਹਾਡੀ ਇੰਟੈਂਸ਼ਨ ਯੂਐਸ ਪਹੁੰਚਣਾ ਨਹੀਂ ਹੈ ਨੰਬਰ 1 ਨੰਬਰ 2 ਤੁਹਾਡੇ ਪਰਿਵਾਰ ਕੋਲ ਤੁਹਾਡੀ ਫੀਸਾਂ ਪੇ ਕਰਨ ਜੋਗੇ ਪਿੱਛੇ ਫਾਈਨੈਂਸ਼ੀਅਲ ਰਿਸੋਰਸਸ ਅਵੇਲੇਬਲ ਹੈ ਸੋ ਅਗਰ ਇਹ ਦੋ ਚੀਜ਼ਾਂ ਸਾਬਤ ਕਰ ਦਿਓ ਦੁਨੀਆ ਦੀ ਕੋਈ ਤਾਕਤ ਵੀਜ਼ਾ ਰਿਫਿਊਜ਼ ਨਹੀਂ ਕਰ ਸਕਦੀ ਇਹ ਮੈਂ ਵੀਡੀਓ ਚ ਓਪਨਲੀ ਬੋਲਦਾ ਹੁਣ ਅਗਰ ਤੁਹਾਡਾ ਵੀਜ਼ਾ ਰਿਫਿਊਜ਼ ਹੁੰਦਾ ਤੇ ਇਹਨਾਂ ਦੋ ਸਵਾਲਾਂ ਦੇ ਜਵਾਬ 'ਚ ਵੀਜ਼ਾ ਅਫਸਰ ਨੂੰ ਕਿਤੇ ਨਾ ਕਿਤੇ ਤੁਹਾਡੇ 'ਚ ਤਸੱਲੀ ਨਹੀਂ ਮਿਲੀ ਸੈਟੀਸਫੈਕਸ਼ਨ ਨਹੀਂ ਹੋਈ ਹੁਣ ਵੀਜ਼ਾ ਅਫਸਰ ਸਿਰਫ ਤੁਹਾਡੇ ਜ਼ੁਬਾਨ ਦੇ ਨਿਕਲੇ ਸ਼ਬਦ ਨਹੀਂ ਸੁਣਦਾ ਤੁਹਾਡੀਆਂ ਅੱਖਾਂ ਦੀ ਭਾਸ਼ਾ ਵੀ ਸੁਣਦਾ ਤੁਹਾਡਾ ਬੋਡੀ ਲੈਂਗੁਏਜ ਤੁਸੀਂ ਕਿੱਦਾਂ ਖੜ ਰਹੇ ਹੋ ਸੱਚ ਬੋਲ ਰਹੇ ਹੋ ਕਿ ਝੂਠ ਬੋਲ ਰਹੇ ਹੋ ਉਹ ਤੁਹਾਨੂੰ ਸਕੈਨ ਕਰ ਲੈਂਦੇ ਨੇ ਇਹ ਸਚਾਈ ਆ ਦੋਸਤੋ ਉਹਨਾਂ ਦੀ ਜਦੋਂ ਟ੍ਰੇਨਿੰਗ ਹੁੰਦੀ ਹੈ ਉਹਨਾਂ ਨੂੰ ਦੇਖਣਾ ਦਿਖਾਇਆ ਜਾਂਦਾ ਜਾਂ ਇਸ ਚੀਜ਼ ਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੁਸੀਂ ਬੰਦੇ ਨੂੰ ਚੱਕ ਕਿਵੇਂ ਕਰਨਾ ਸੱਚ ਬੋਲ ਰਿਹਾ ਝੂਠ ਬੋਲ ਰਿਹਾ ਕਿਉਂਕਿ ਜ਼ੁਬਾਨ ਤੋਂ ਤਾਂ ਤੁਸੀਂ ਸਿਰਫ ਇਹੋ ਬੋਲਣਾ ਵੀ ਮੈਂ ਪੜਨ ਚੱਲਿਆ ਮੇਰੇ ਘਰ ਦੇ ਕੋ ਪੈਸੇ ਹੈਗੇ ਐਡ ਡਾਕੂਮੈਂਟ ਵੀ ਬਹੁਤੇ ਪ੍ਰੂਫ ਨਹੀਂ ਮੰਗਦੀ ਐ ਮੈਸੀ ਉਹ ਤੁਹਾਡੇ ਹਾਫ ਭਾਫ ਤੋਂ ਚੈੱਕ ਕਰ ਲੈਂਦੇ ਨੇ ਕਿ ਬੱਚਾ ਵਾਕੇ ਪੜਨਾ ਚਾਹੁੰਦਾ ਕਿ ਸਿਰਫ ਪਹੁੰਚਣਾ ਚਾਹੁੰਦਾ ਸੋ ਜਦੋਂ ਤੁਸੀਂ ਪ੍ਰੋਪਰਲੀ ਇੰਟਰਵਿਊ ਦੀ ਤਿਆਰੀ ਕੀਤੀ ਹੈ ਇਹ ਦੋ ਸਵਾਲਾਂ ਦੇ ਜਵਾਬ 200 ਸਵਾਲਾਂ ਵਾਂਗੂ ਅਲੱਗ-ਅਲੱਗ ਤਰੀਕੇ ਨਾਲ ਬਣਾ ਕੇ ਤਿਆ ਤੁਹਾਡੀ ਇੰਟੈਂਸ਼ਨ ਪੜਾਈ ਕਰਨਾ ਹੈ ਈਵਰ ਕਿ ਤੁਸੀਂ ਜਾ ਕੇ ਜਦੋਂ ਖੜੇ ਹੁੰਦੇ ਉੱਥੇ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਕਹਿਣਾ ਹੈ ਉਦੋਂ ਹੀ ਵੀਜ਼ਾ ਅਫਸਰ 50% ਡਿਸਾਈਡ ਕਰ ਲੈਂਦਾ ਹੈ ਕਿ ਇਹਨੂੰ ਵੀਜ਼ਾ ਦੇਣਾ ਜਾਂ ਨਹੀਂ ਦੇਣਾ ਬਹੁਤ ਸਾਰੀਆਂ ਗੱਲਾਂ ਇਹੋ ਜਿਹੀ ਨੇ ਜੋ ਆਰਐਸ ਗੁਪਤੀ ਟੀਮ ਤੁਹਾਨੂੰ ਇੰਟਰਵਿਊ ਚ ਤਿਆਰ ਕਰਦੀ ਹੈ ਤੁਸੀਂ ਬਿਨਾਂ 110 ਸਾਲ ਦਾ ਗੈਪ ਲਾ ਕੇ ਸਾਡੇ ਕੋਲ ਆਜੋ ਬਟ ਤੁਹਾਡੀ ਇੰਟੈਂਸ਼ਨ ਪੜਾਈ ਕਰਨਾ ਦਾਵਾ ਕਰਦਾ ਵਾਦਾ ਕਰਦਾ 100% ਵੀਜ਼ਾ ਪਹਿਲੀ ਵਾਰਸ ਲਿਆ ਜਾ ਸਕਦਾ ਸੋ ਦੁਨੀਆ ਦਾ ਸਭ ਤੋਂ ਸੌਖਾ ਵੀਜ਼ਾ ਲੈਣਾ ਯੂਐਸ ਦਾ ਕੋਈ ਤੁਹਾਨੂੰ ਪੁਰਾਣੇ ਫੰਡ ਵੀ ਵਿਖਾਉਣੇ ਪੈਂਦੇ ਕੋਈ ਤੁਹਾਨੂੰ 15-20 ਲੱਖ ਦੀ ਆਮਦਨੀ ਦਿਖਾਉਣੀ ਪੈਂਦੀ ਕੋਈ ਆਇਲ ਸੇ ਦੇਣੀ ਪੈਂਦੀ ਕੋਈ ਪਹਿਲਾ ਫੀਸ ਨਹੀਂ ਪੇ ਕਰਨੀ ਪੈਂਦੀ ਔਰ ਸਭ ਤੋਂ ਸੌਖਾ ਵੀਜ਼ਾ ਲੈਣਾ ਯੂਐਸ ਦਾ ਐਂਡ ਅਜ ਦੀ ਤਰੀਕ ਚ ਅਗਰ 2024 ਚ ਗੱਲ ਕਰਾਂ ਤਾਂ ਯੂਐਸ ਦਾ ਸਟੱਡੀ ਵੀਜ਼ਾ ਰ ਸਕਸੈਸਡ ਵੈਸੇ ਵਧਿਆ ਪਿਆ ਕਿਉਂਕਿ ਕੋਟਾ ਵਧਾਤਾ ਉਹਨਾਂ ਨੇ ਐਫ1 ਕੈਟਾਗਰੀ ਦਾ ਸੋ ਅਗਰ ਯੂਐਸ ਵਿੱਚ ਪੜ੍ਹਨਾ ਚਾਹੁੰਦੇ ਹੋ ਸਪਾਊਸ ਤੁਸੀਂ ਬਾਅਦ ਚ ਨਾਲ ਲੈ ਕੇ ਜਾ ਸਕਦੇ ਹੋ ਐਫ2 ਕੈਟਾਗਰੀ ਚ ਫੀਸ ਵੀਜ਼ਾ ਲੱਗਣ ਤੋਂ ਬਾਅਦ ਪੇ ਕਰਨੀ ਹੈ ਅਗਰ ਇਹਨਾਂ ਆਪਸ਼ਨ ਨੂੰ ਵੇਲ ਕਰਨਾ ਤਾਂ ਫਿਰ ਦੇਰੀ ਨ ਮਨਚਗਰ ਸਚਾਈ ਹੈ ਯੂਐਸ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਹਰਸ ਕੋਲ ਦੀ ਨੇੜਲੀ ਬ੍ਰਾਂਚ ਵਿੱਚ ਆਜਿਓ ਡਾਕੂਮੈਂਟ ਲੈ ਕੇ ਆਪਣੇ ਪੇਰੈਂਟਸ ਨਾਲ ਪਹੁੰਚੋ ਸਲਾਹ ਮਸ਼ਵਰਾ ਲਓ ਔਰ ਅਗਲੇ ਦਿਨ ਆਪਣੀ ਆਪਣੀ ਕਾਸ਼ਨ ਦਰਜ ਕਰਕੇ ਅਗਲੇ ਸਤੰਬਰ ਦੇ ਇੰਟੀਗਰੀ ਲਈ ਦਾਖਲਾ ਅਪਲਾਈ ਕਰੋ ਇੱਕ ਸਮੱਸਿਆ ਕੀ ਹੁੰਦੀ ਹੈ ਪਰਮਿਟ ਲੇਟ ਮਿਲ ਰਹੀ ਹੈ ਬਟ ਹੁਣ April ਚ ਪਰਮਿਟ ਖੁੱਲਣੀਆਂ ਨੇ ਪਰਮਿਟ ਦੀ ਕੋਈ ਡਿਲੇ ਨਹੀਂ ਕਈ ਵਾਰ ਮਹੀਨਾ ਦੋ ਮੇਰਾ ਵੇਟ ਜ਼ੋਰ ਕਰਨੀ ਪੈਂਦੀ ਤਾਂ ਹੀ ਕਹਿੰਦੇ ਘੱਟੋ ਘੱਟ 4 ਤੋਂ 6 ਮਹੀਨਾ ਪ੍ਰੋਸੈਸਿੰਗ ਟਾਈਮ ਲੈ ਕੇ ਚਲੋ ਹੁਣ April ਚ ਫਿਰ ਪਰਮਿਟ ਓਪਨ ਹੋਣਗੀਆਂ ਸਤੰਬਰ ਇੰਟੀਗਰੀ ਅਪਲਾਈ ਵੀਡੀਓ ਕਿਵੇਂ ਲੱਗੀ ਸੁਝਾਅ ਜ਼ਰੂਰ ਦੇ ਦਿਓ ਤੁਹਾਡੇ ਕੀ ਸਵਾਲ ਨੇ ਕਮੈਂਟ ਦੇ ਰੂਪ ਚ ਦੱਸ ਦਿਓ ਔਰ तमाम ਉਹਨਾਂ ਨਿਆਣਿਆਂ ਬੱਚਿਆਂ ਤੱਕ ਵੀਡੀਓ ਜ਼ਰੂਰ ਸ਼ੇਅਰ ਕਰੋ ਜਿਹੜੇ ਯੂਐਸ ਪੜਨ ਜਾਣਾ ਚਾਹੁੰਦੇ ਨੇ ਬਿਨਾਂ ਹਲਸੋਂ ਕਿਵੇਂ ਵੀਜ਼ਾ ਲੈ ਕੇ ਪਹਿਲੇ ਟੈਪ ਦੇ ਵਿੱਚ ਆਪਦਾ ਨੁਕਸਾਨ ਤੋਂ ਬਚਾਇਆ ਜਾ ਸਕੇ ਇੱਕ ਨਵੇਂ ਟੌਪਿਕ ਤੇ ਫਿਰ ਵੀਡੀਓ ਲੈ ਕੇ ਆਉਂਗਾ ਤਦ ਤੱਕ ਜੁੰਦੇ ਵਾਸਤੇ ਰੋ ਰੱਬ ਰਾਖਾ ਸਤਿ ਸ਼ਕਰ